ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪੰਨੂ ਸ਼ੋਅ ਦੇ ਵਿੱਚ। ਮੇਰਾ ਖਿਆਲ ਆਲਾ ਦੁਆਲਾ ਜਿਹਾ ਦੇਖ ਕੇ ਤੁਸੀਂ ਅੰਦਾਜ਼ਾ ਲਾ ਲਿਆ ਹੋਣਾ ਕਿ ਅੱਜ ਅਸੀਂ ਫਿਰ ਸਟੂਡੀਓ ਤੋਂ ਬਾਹਰ ਹਾਂ। ਉਹਦਾ ਕਾਰਨ ਇਹ ਹੈ ਜੀ ਕਿ ਪੰਨੂ ਸਾਹਿਬ ਦੀ ਸਿਹਤ ਠੀਕ ਨਹੀਂ, ਇਸ ਕਰਕੇ ਉਹਨਾਂ ਨੂੰ ਅਸੀਂ ਉਹਨਾਂ ਦੇ ਸਥਾਨ 'ਤੇ ਆ ਕੇ ਮਿਲ ਰਹੇ ਹਾਂ। ਬਾਕੀ ਅੱਜ ਗੱਲਬਾਤ ਉਹਨਾਂ ਕੋਲੋਂ ਜ਼ਰੂਰ ਸੁਣਾਂਗੇ ਕਿਉਂਕਿ ਉਹਨਾਂ ਦੀ ਗੱਲਬਾਤ ਤੋਂ ਬਿਨਾਂ ਫਿਰ ਗੱਲ ਬਣਦੀ ਨਹੀਂ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਪੰਨੂ ਸਾਹਿਬ, ਅੱਜ ਦਾ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਇੱਕ ਨਾ ਕੋਹੇ ਨੂਰ ਹੀਰਾ ਸੀ ਅਤੇ ਉਹਦੀ ਜਿਹੜੀ ਕਹਾਣੀ ਹੈ ਨਾ, ਹਰੇਕ ਬੰਦੇ ਨੂੰ ਜੁੜੀ ਅਤੇ ਬੰਦੇ ਬੜੇ ਭਾਵੁਕ ਜਿਹੇ ਹੋ ਜਾਂਦੇ। ਪਰ ਹੁਣ ਇਹ ਵੀ ਕਹਾਣੀ ਚੱਲਦੀ ਹੈ ਕਿ ਜੀ ਜਿਹੜਾ ਮਹਾਰਾਜਾ ਦਲੀਪ ਸਿੰਘ ਸੀਗਾ ਉਹਨੇ ਕੁਵੀਨ ਵਿਕਟੋਰੀਆ ਨੂੰ ਹੀਰਾ ਭੇਟ ਕਰ ਦਿੱਤਾ ਸੀ। ਭਾਰਤੀ ਰਿਕਾਰਡ ਕੁਝ ਹੋਰ ਕਹਿੰਦਾ, ਅਸਲ 'ਚ ਕਹਾਣੀ ਕੀ ਹੈ ਕੋਹੇ ਨੂਰ ਹੀਰੇ ਦੀ? ਗੁਰਪ੍ਰੀਤ ਜੀ, ਪਹਿਲੀ ਗੱਲ ਤਾਂ ਇਹ ਕਿ ਕੋਹੇ ਨੂਰ ਹੀਰੇ ਦੀ ਮਾਲਕੀ ਦੇ ਬੜੇ ਝਗੜੇ ਪਾਏ ਫਿਰਦੇ ਜੀ। ਅਸੀਂ ਕਹਿੰਦੇ ਹਾਂ ਸਾਡਾ ਸੀ, ਮਹਾਰਾਜਾ ਰਣਜੀਤ ਸਿੰਘ ਦਾ ਸੀ, ਮਹਾਰਾਜਾ ਦਲੀਪ ਸਿੰਘ ਦਾ ਸੀ, ਸਾਨੂੰ ਮਿਲਣਾ ਚਾਹੀਦਾ ਜੀ। ਸਾਨੂੰ ਕਿਹਨੂੰ? ਪ੍ਰਕਾਸ਼ ਸਿੰਘ ਬਾਦਲ ਨੂੰ, ਅਮਰਿੰਦਰ ਸਿੰਘ ਨੂੰ ਕਿ ਸਿਮਰਜੀਤ ਸਿੰਘ ਮਾਨ ਨੂੰ? ਉਹਨਾਂ ਦੇ ਪਰਿਵਾਰ ਵਿੱਚੋਂ ਤਾਂ ਕੋਈ ਰਿਹਾ ਨਹੀਂ ਜੀ। ਚਾਚੇ ਦੇ ਪਰਿਵਾਰ 'ਚੋਂ ਸੰਧਾਵਾਲੀਆ ਵਿੱਚੋਂ ਸੀ। ਉਹ ਪੀੜ੍ਹੀ ਤੁਹਾਨੂੰ ਸ਼ਾਇਦ ਪਤਾ ਕਿ ਨਹੀਂ ਪਤਾ, ਘੁੰਮਦੀ ਘੁੰਮਾਉਂਦੀ ਤੁਹਾਡੇ ਪਰਿਵਾਰ ਤੱਕ ਵੀ ਆਉਂਦੀ ਹੈ। ਤੁਸੀਂ ਵੀ ਉਹ ਜਿਹੜੀ ਦੂਰ ਤੱਕ ਉਹਨਾਂ ਵਿੱਚੋਂ ਵੀ ਇੱਕ ਜਣੇ ਨੇ ਕਲੇਮ ਕੀਤਾ ਕਿ ਸਾਨੂੰ ਮਿਲਣਾ ਚਾਹੀਦਾ, ਅਤੇ ਜੇ ਮਿਲ ਗਿਆ ਤਾਂ ਇੰਨੀ ਦੌਲਤ ਤੁਸੀਂ ਸੰਭਾਲੋਗੇ, ਕਿੱਥੇ ਤੁਸੀਂ ਤਾਂ ਵੰਡਣ ਤੋਂ ਆਪੋ ਚ ਲੜੋਗੇ। ਮਹਾਰਾਜਾ ਰਣਜੀਤ ਸਿੰਘ ਕੋਲ ਹੀਰਾ ਕਿੱਥੋਂ ਆਇਆ ਸੀ ਜੀ? ਉਹਨੇ ਕਿਸੇ ਤੋਂ ਖੋਇਆ ਸੀ? ਜਿਨ੍ਹਾਂ ਕੋਲ ਉਹ ਆਇਆ ਸੀ ਉਹ ਦਿੱਲੀ ਤੋਂ ਖੋਹ ਕੇ ਲੈ ਕੇ ਗਏ ਸੀ। ਦਿੱਲੀ ਵਾਲੇ, ਅੱਜ ਕੱਲ੍ਹ ਜਿਹੜਾ ਨਵਾਂ ਆਂਧਰਾ ਪ੍ਰਦੇਸ਼ ਹੈ ਜੀ, ਉਹਦੀ ਰਾਜਧਾਨੀ ਅਮਰਾਵਤੀ ਦੇ ਲਾਗੇ ਵਿਜੈਨਗਰਮ ਹੈ, ਉਹਦੇ ਰਾਜ ਤੋਂ ਖੋਹ ਕੇ ਲੈ ਕੇ ਗਏ ਸੀ। ਨਿਕਲਿਆ ਅਤੇ ਹੈਦਰਾਬਾਦ ਦੇ ਵਿੱਚ ਜਿਹੜਾ ਗੋਲਕੁੰਡਾ ਕਿਲ੍ਹਾ, ਉਹਦੇ ਪਿੱਛੇ ਮਿੱਟੀ ਪੁੱਟਦਿਆਂ ਇੱਕ ਖੋਤਿਆਂ ਵਾਲੇ ਘੁਮਾਰ ਨੂੰ ਮਿਲਿਆ ਸੀ ਜੀ। ਉਹਨੇ ਗਰੀਬ ਨੇ ਜਾ ਕੇ ਉਹਨੂੰ ਪਤਾ ਨਹੀਂ ਕੀ ਕਰਾਂ, ਉਹਨੇ ਰਾਜੇ ਨੂੰ ਭੇਟ ਕਰਤਾ। ਉਹਨਾਂ ਜਿਹਦੇ ਕੋਲ ਤਾਕਤ ਵੱਧ ਉਹਦੇ ਕੋਲ ਰਿਹਾ। ਮੈਨੂੰ ਤਾਂ ਇਹ ਕਿਸੇ ਦਿਨ ਡੋਨਲਡ ਟਰੰਪ ਖੋ ਕੇ ਅਮਰੀਕਾ ਨਾਲ ਲੈ ਜਾਂਦਾ ਹੋਵੇ। ਦੂਜੀ ਗੱਲ ਜੀ, ਜਿਹੜਾ ਟਾਵਰ ਆਫ ਲੰਡਨ 'ਚ ਹੀਰਾ ਪਿਆ, ਮੈਂ ਖੁਦ ਵੇਖ ਕੇ ਆਇਆ। ਅਸਲ 'ਚ ਹੀਰਾ ਨਹੀਂ ਗਾ, ਅੱਛਾ, ਹੀਰਾ ਉਹਨਾਂ ਕਿਤੇ ਸੰਭਾਲ ਕੇ ਰੱਖਿਆ, ਉਹਦਾ ਰੈਪਲੀਕਾ, ਉਹਦੀ ਨਕਲ ਬਣਾ ਕੇ ਰੱਖੀ। ਲੋਕ ਵੇਖਣ ਜਾਂਦੇ ਆ, ਬਹੁਤ ਵੱਡਾ ਮਿਊਜ਼ੀਅਮ ਹੈ, ਬੜੀ ਲੰਬੀ ਲਾਈਨ ਹੁੰਦੀ ਹੈ। ਪਰ ਭਾਵੇਂ ਅੱਧਾ ਕਿਲੋਮੀਟਰ ਲੰਬੀ ਲਾਈਨ ਹੋਵੇ, ਮੈਂ ਵੀ ਲੱਗਾ ਸਾ ਲਾਈਨ 'ਚ। ਸਾਡੇ ਪੰਜਾਬੀ ਅਤੇ ਉਹਨਾਂ ਵਿੱਚੋਂ ਵੀ ਜ਼ਿਆਦਾ ਸਿੱਖ ਉਦੋਂ ਲੱਗ ਪੈਂਦੇ ਕਰਨ, ਕੋਹਨੂਰ ਹੀਰਾ ਵੇਖਣਾ। ਜਦੋਂ ਲਾਗੇ ਤੁਰੇ ਜਾਂਦੇ ਫਿਰ ਕਹਿੰਦੇ ਕੋਹਨੂਰ ਹੀਰਾ ਵੇਖਣਾ, ਹੌਕੇ ਭਰਨਾ ਪੈਂਦਾ। ਜਦੋਂ ਕੋਲ ਜਾਂਦੇ ਹੌਕੇ ਵੱਧ ਜਾਂਦੇ ਆ, ਅਤੇ ਜਦੋਂ ਉਹਨੂੰ ਵੇਹਦੇ ਆ ਉਦੋਂ ਜਜ਼ਬਾਤੀ ਹੋ ਕੇ ਕਈਆਂ ਦੇ ਅੱਥਰੂ ਵਗਣ ਲੱਗ ਪੈਂਦੇ ਆ ਕਿ ਸਾਡਾ ਤਾਂ ਇੱਥੇ ਪਿਆ। ਅੰਗਰੇਜ਼ ਕਹਿੰਦੇ ਆ ਜੀ, ਮਹਾਰਾਜਾ ਦਲੀਪ ਸਿੰਘ ਨੇ ਕੁਵੀਨ ਵਿਕਟੋਰੀਆ ਨੂੰ ਭੇਟ ਕੀਤਾ ਸੀ, ਕੁਵੀਨ ਵਿਕਟੋਰੀਆ ਤਾਂ ਇੰਡੀਆ ਆਈ ਨਹੀਂ। ਲਾਰਡ ਡਲਹੌਜ਼ੀ ਹੁੰਦਾ ਸੀ ਜਿਹੜਾ ਮਹਾਰਾਜਾ ਦਲੀਪ ਸਿੰਘ ਨੂੰ ਰਣਜੀਤ ਸਿੰਘ ਦਾ ਪੁੱਤ ਹੀ ਨਹੀਂ ਸੀ ਮੰਨਦਾ, ਬਹੁਤ ਪੁੱਠਾ ਸਿੱਧਾ ਬਕਵਾਸ ਵੀ ਕਰਦਾ ਰਿਹਾ। ਉਹਦੇ ਵਕਤ ਰੈਜੀਡੈਂਟ ਕਮਿਸ਼ਨਰ ਨੂੰ ਹੁਕਮ ਗਿਆ ਅਤੇ ਉਹਨੇ ਜਾ ਕੇ ਮਹਾਰਾਜਾ ਦਲੀਪ ਸਿੰਘ ਨੂੰ ਆਖਿਆ ਕਿ ਤੂੰ ਆ ਟਰੇਜ ਰੱਖ ਕੇ ਭੇਟ ਕਰ ਦੇ ਕੁਵੀਨ ਨੂੰ ਭੇਟ ਕਰਨਾ। 9 ਸਾਲ ਦੇ ਬੱਚੇ ਨੂੰ ਆਖਿਆ, 9 ਸਾਲ ਦਾ ਬੱਚਾ ਕੀ ਹੈ, ਘਰੇ ਘਰੇ ਬੇਗਾਨੀ ਫੌਜ ਹੋਵੇ, ਆਪਣਾ ਕੋਈ ਹੋਵੇ ਲਾਗੇ ਨਾ, ਮਾਂ ਵੀ ਦੂਰ ਕਰਤੀ ਹੋਵੇ, ਉਹਨੂੰ ਆਖਿਆ ਜਾ ਕੇ ਫੜਾ ਦੇ, ਉਹਨੂੰ ਫੜਾ ਦਿੱਤਾ ਜੀ। ਔਸ਼ਬਰਨ ਹਾਊਸ ਉੱਥੇ ਸਾਊਥਹੈਂਪਟਨ ਦੇ ਲਾਗੇ ਆਈਲੋ ਵਾਈਟ ਦੇ ਵਿੱਚ ਇੱਕ ਆਈਲੈਂਡ 'ਤੇ, ਜਿੱਥੇ ਦਲੀਪ ਨੂੰ ਜਾ ਕੇ ਕੁਵੀਨ ਵਿਕਟੋਰੀਆ ਦੇ ਬੱਚਿਆਂ ਨਾਲ ਰੱਖਿਆ ਗਿਆ, ਮੈਂ ਵੇਖ ਕੇ ਆਇਆ। ਉੱਥੋਂ ਮੈਂ ਸਾਰੀ ਸਟੋਰੀ ਵੇਖ ਕੇ ਆਇਆ। ਜਿਸ ਦਿਨ ਦਲੀਪ ਸਿੰਘ ਦਾ ਪੋਰਟਰੇਟ ਬਣਾਉਣਾ ਸੀ, ਕੁਵੀਨ ਵਿਕਟੋਰੀਆ ਨੂੰ ਬੜਾ ਲਾਡ ਜਿਹਾ ਕਰਦੀ ਹੁੰਦੀ ਸੀ, ਉਹਨੇ ਇੱਕ ਆਰਟਿਸਟ ਸੱਦਿਆ। ਆਰਟਿਸਟ ਨੇ ਸਾਰਾ ਪੋਰਟਰੇਟ ਬਣਾਉਣ ਲੱਗਾ, ਆਖਿਆ ਜੀ ਇਹ ਪੂਰਾ ਤਾਂ ਹੁੰਦਾ ਜੀ ਇਹਦੀ ਬਾਂਹ ਦੇ ਉੱਤੇ ਕੋਹਿਨੂਰ ਹੀਰਾ ਬੰਨਿਆ ਜਾਵੇ। 2 ਦਿਨ ਸੋਚਦੇ ਰਹੇ ਵੀ ਹੀਰਾ ਲਿਆਂਦਾ ਤਾਂ ਮੁੰਡਾ ਜਜ਼ਬਾਤੀ ਹੋਜੂ। ਫਿਰ ਫੈਸਲਾ ਕੀਤਾ ਕੁਵੀਨ ਵਿਕਟੋਰੀਆ ਨੇ ਕਿ ਹੀਰਾ ਦਿਓ, ਵੇਖੀਏ ਭਲੇ ਕੀ ਕਰਦਾ। ਦੂਜੀ ਮੰਜ਼ਿਲ 'ਤੇ ਸੀ, ਉਹਨੂੰ ਹੀਰਾ ਦਿੱਤਾ ਗਿਆ, ਚਾਂਦੀ ਦੀ ਤਸ਼ਤਰੀ 'ਚ ਰੱਖ ਕੇ ਲਿਆ ਕੇ ਅਤੇ ਉਹਨੂੰ ਆਖਿਆ ਆਹ ਕੋਹਿਨੂਰ ਹੀਰਾ, ਇਹ ਤੂੰ ਆਪਣੀ ਬੰਨ ਅਤੇ ਬਾਂਹ ਦੇ ਉੱਤੇ ਬੰਨ ਲਿਆ ਅਤੇ ਆਪਾਂ ਇਹਦਾ ਪੋਰਟਰੇਟ ਬਣਾਉਣਾ। ਉਹਨੇ ਹੀਰਾ ਫੜਿਆ, ਵੇਖਣ ਲੱਗਿਆ, ਜਜ਼ਬਾਤੀ ਹੋ ਗਿਆ, ਵੇਹਦਾ ਵੇਹਦਾ ਖਿੜਕੀ ਤੱਕ ਚਲਾ ਗਿਆ, ਵਿੰਡੋ ਤੱਕ। ਅਤੇ ਸਾਰਿਆਂ ਨੂੰ ਚਿੰਤਾ ਇਹ ਸੀ ਕਿ ਖੁੱਲ੍ਹੀ ਖਿੜਕੀ ਹੈ, ਕਿਤੇ ਛਾਲ ਮਾਰ ਕੇ ਖੁਦਕੁਸ਼ੀ ਨਾ ਕਰ ਲਿਆ, ਅੱਖਾਂ ਉਹਦੀਆਂ ਭਰੀਆਂ ਹੋਈਆਂ ਸੀ। ਉਹ 2 ਮਿੰਟ ਚੰਨ 'ਚ ਕਰਕੇ ਉਹਨੂੰ ਵੇਹਦਾ ਰਿਹਾ, ਫਿਰ ਐਡਾ ਭਾਰੇ ਕਦਮਾਂ ਨਾਲ ਵਾਪਸ ਆਇਆ ਜਿਵੇਂ ਪੈਰਾਂ ਨਾਲ ਪੱਥਰ ਬੱਧੇ ਹੁੰਦੇ, ਆ ਕੇ ਕੁਵੀਨ ਦੇ ਅੱਗੇ ਦੋਵਾਂ ਹੱਥ ਨਾਲ ਕਰਕੇ ਆਖਿਆ ਆਹ ਲੈ ਲਓ ਜੀ। ਜਿਨ੍ਹਾਂ ਦੇ ਘਰ 'ਚ ਬੈਠਾ ਅਤੇ ਉਹਨਾਂ 2 ਮਿੰਟ ਵੇਖਣ ਵਾਸਤੇ ਦਿੱਤਾ, ਅਤੇ ਉਹਨਾਂ ਨੂੰ ਮੋੜਨਾ ਪੈਣਾ ਕੀ ਕਰਦਾ? ਬੱਚੇ ਦੇਖੋ ਕਿ ਆਖੋ ਉਹਨੇ ਗਿਫਟ ਕੀਤਾ, ਬੱਚੇ ਨੇ ਕਾਹਦਾ ਗਿਫਟ ਕੀਤਾ ਹੁੰਦਾ? ਬੱਚੇ ਨੂੰ ਤਾਂ ਕੋਈ ਗਿਫਟ ਕਰ ਸਕਦਾ, ਉਹ ਜੋ ਕੁਛ ਉਹਨਾਂ ਨੇ ਕੀਤਾ ਸਾਰਾ ਕੁਝ ਝੂਠ ਆ। ਪਰ ਜਦੋਂ ਅਸੀਂ ਕਹਿੰਦੇ ਸਾਡਾ,
ਲਾਹੌਰ ਦੇ ਇੱਕ ਵਕੀਲ ਨੇ ਕੇਸ ਕੀਤਾ, ਕਹਿੰਦਾ ਜੀ ਲਾਹੌਰ ਦਾ ਦਰਬਾਰ ਜਿਹੜਾ ਉਹਨੂੰ ਕਦੇ ਵੀ ਸਿੱਖ ਦਰਬਾਰ ਨਹੀਂ ਆਖਿਆ ਗਿਆ, ਲਾਹੌਰ ਦਰਬਾਰ ਕਹਿੰਦੇ ਸੀ। ਜੇ ਸਿੱਖਾਂ ਦੀ ਜਮਜਮਾ ਤੋਪ ਉੱਥੇ ਪਈ ਹੈ ਜਿਹਨੂੰ ਭੰਗੀਆਂ ਦੀ ਤੋਪ ਕਹਿੰਦੇ ਸੀ, ਅਤੇ ਹੀਰਾ ਵੀ ਲਾਹੌਰ ਤੋਂ ਲੈ ਕੇ ਗਏ ਆ। ਇਹ ਕੁਵੀਨ ਵਿਕਟੋਰੀਆ ਦੇ ਵਾਰਸਾਂ ਨੂੰ, ਕੁਵੀਨ ਐਲਜਾਬੈਥ ਅਤੇ ਬ੍ਰਿਟੇਨ ਦੇ ਸਰਕਾਰ ਨੂੰ ਚਾਹੀਦਾ ਕਿ ਸਾਨੂੰ ਲਾਹੌਰ ਨੂੰ ਦੇ ਦੇਣ, ਲੈ ਕੇ ਨਵੀਂ ਲੜਾਈ 57 ਕਰਦੇ ਰਹੋ। ਇਹਨਾਂ ਨੂੰ ਬਿਹਤਰ ਆ ਜਿੱਥੇ ਟਿਕਿਆ ਟਿਕਿਆ ਰਹਿਣ ਦਿਓ, ਕਦੇ ਕਦੇ ਜਾ ਕੇ ਝਾਤੀ ਮਾਰਿਆ ਕਰੋ। ਇੱਥੇ ਪਏ ਤੋਂ ਵੀ ਹੋ ਕੇ ਹੀ ਲੈਣੇ ਆ, ਮੁੜ ਕੇ ਐਵੇਂ ਲੀਡਰ ਲੜਨਗੇ ਅਤੇ ਅਸੀਂ ਉਹਨਾਂ ਦੀ ਖਾਤਰ ਆਪੋ 'ਚ ਇੱਕ ਦੂਜੇ ਸਿਰ ਪਾੜਾਂਗੇ। ਇੱਥੇ ਵੀ ਹੋ ਕੇ ਲੈਣੇ, ਉੱਥੇ ਵੀ ਆ, ਕਦੇ ਕਦੇ ਲੈ ਆਇਆ ਕਰੋ। ਉੱਦਾਂ ਕਹਿ ਦਿਆ ਕਰੋ, ਇੱਕ ਹੁੰਦਾ ਸੀ ਸਾਡੇ ਕੋਲ ਕੋਈ ਨੂਰ ਹੀਰਾ, ਅੱਜ ਕਿਸੇ ਕੋਲ। ਚਲੋ ਤੁਹਾਨੂੰ ਸਭ ਇਹ ਤਾਂ ਨਿਬੜ ਗਈਆਂ ਹਿਸਟਰੀ ਦੀਆਂ ਗੱਲਾਂ। ਹੁਣ ਅੱਜ ਕੱਲ੍ਹ ਜਿਹੜਾ ਬਾਹਲਾ ਸਿਆਪਾ ਨਾ ਜੀ, ਉਹ ਜਿਹਦੇ ਤੋਂ ਬਿਨਾਂ ਲੋਕਾਂ ਦਾ ਨਹੀਂ ਗੁਜ਼ਾਰਾ, ਉਹ ਮੋਬਾਈਲ ਫੋਨ ਆ। ਅਤੇ ਮੋਬਾਈਲ ਫੋਨ ਪਹਿਲਾਂ ਕਹਿੰਦੇ ਸੀ ਵੀ ਜੇ ਚਲਾਉਣਾ ਤਾਂ ਭਾਈ ਆਪਣਾ ਆਧਾਰ ਕਾਰਡ ਬਣਵਾਓ, ਲੋਕਾਂ ਵਿਚਾਰਿਆਂ ਪੁੱਠੀਆਂ ਸਿੱਧੀਆਂ ਫੋਟੋਆਂ ਲਵਾ ਕੇ ਬਣਵਾਇਆ ਵੀ, ਅਤੇ ਫਿਰ ਕਹਿੰਦੇ ਵੀ ਜੇ ਬੰਦ ਹੋ ਜਾਣਾ ਜੇ ਤੁਸੀਂ ਨਾਲ ਨਾਲ ਦਿੱਤਾ। ਹੁਣ ਜਿਹੜਾ ਨਵਾਂ ਆਇਆ ਸੀ ਆਦੇਸ਼ 'ਚ, ਉਹ ਤੋਂ ਬਾਅਦ ਕਹਿੰਦੇ ਕਿ ਜੇ ਹੁਣ ਆਧਾਰ ਕਾਰਡ ਨੂੰ ਹਟਾਇਆ ਨਾਲੋਂ ਤਾਂ ਮੋਬਾਈਲ ਫੋਨ ਬੰਦ ਹੋ ਜਾਣਾ। ਇਹ ਮੋਬਾਈਲ ਦਾ ਅਤੇ ਆਧਾਰ ਦਾ ਅਸਲ 'ਚ ਆਧਾਰ ਹੈ ਕੀ? ਦੇਖੋ, ਮਨਮੋਹਨ ਸਿੰਘ ਦੀ ਸਰਕਾਰ ਵੇਲੇ ਆਧਾਰ ਕਾਰਡ ਸ਼ੁਰੂ ਕੀਤਾ ਜੀ। ਵਿਚਾਰਾ ਸ਼ਰੀਫ ਜਿਹਾ ਆਦਮੀ ਸੀ, ਉਹਦੇ ਖਿਲਾਫ 10 ਘੰਟੇ ਤਕਰੀਰਾਂ ਹੁੰਦੀਆਂ ਸੀ, ਅਤੇ ਜਵਾਬ ਦੇਣ ਦੀ ਥਾਂ ਉੱਠ ਕੇ ਇੰਨਾ ਕਹਿ ਦਿੰਦਾ ਸੀ ਜੇ ਸਾਰੇ ਦੋਸ਼ ਗਲਤ ਹਨ, ਐਦੋ ਵੱਧ ਬੋਲਦਾ ਨਹੀਂ। ਇਹਨਾਂ ਨੇ ਆਖਿਆ ਜੀ ਆਧਾਰ ਕਾਰਡ ਕਾਹਦਾ, ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੇ ਫਰਾਡ ਕਾਰਡ ਬਣਾ ਦਿੱਤਾ ਜੀ। ਜਦੋਂ ਉਹ ਚਲਾ ਗਿਆ, ਉਹੋ ਹੀ ਫਰਾਡ ਕਾਰਡ ਆਧਾਰ ਕਾਰਡ ਬਣ ਗਿਆ, ਅਤੇ ਨਰਿੰਦਰ ਮੋਦੀ ਦੀ ਸਰਕਾਰ ਨੇ ਉਹਨੂੰ ਸੰਨਿਆਸੀਆਂ ਵਾਲੀ ਸਵਾਹ ਦੀ ਚੁਟਕੀ ਸਮਝ ਲਿਆ। ਜੇ ਤੁਸੀਂ ਬੱਚਾ ਦਾਖਲ ਕਰਾਉਣਾ ਸਕੂਲ, ਆਧਾਰ ਕਾਰਡ ਲਿਆਓ। ਮੁੰਡਾ ਕੁੜੀ ਵਿਆਹੁਣੇ ਆ, ਆਧਾਰ ਕਾਰਡ ਲਿਆਓ। ਮੋਬਾਈਲ ਫੋਨ ਦਾ ਕਨੈਕਸ਼ਨ ਲੈਣਾ, ਆਧਾਰ ਕਾਰਡ ਲਿਆਓ। ਰਜਿਸਟਰੀ ਕਰਾਉਣੀ, ਆਧਾਰ ਕਾਰਡ ਲਿਆਓ। ਬੈਂਕ ਖਾਤਾ ਖੋਲ੍ਹਣਾ, ਆਧਾਰ ਕਾਰਡ ਲਿਆਓ। ਬਾਪੂ ਮਰ ਗਿਆ ਤਾਂ ਸਿਵਿਆਂ 'ਚ ਕਹਿੰਦੇ ਪਹਿਲਾਂ ਆਧਾਰ ਕਾਰਡ ਲਿਆਓ। ਜੇ ਕਿਸੇ ਬੁੱਢੇ ਨੂੰ ਪੈਨਸ਼ਨ ਮਿਲਣੀ, ਆਧਾਰ ਕਾਰਡ। ਮੁਫਤ ਦਾ ਆਟਾ ਦਾਲ ਮਿਲਣਾ, ਤਾਂ ਹਰ ਗੱਲ ਆਧਾਰ ਕਾਰਡ, ਆਧਾਰ ਕਾਰਡ, ਆਧਾਰ ਕਾਰਡ ਜੀ। ਇਹ ਸਿਆਪਾ ਅਖੀਰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ 'ਚ ਪਹੁੰਚ ਗਿਆ। ਉਹਨਾਂ ਦਿਨਾਂ ਦੇ ਵਿੱਚ ਹੀ ਇੱਕ ਮੁੱਦਾ ਉੱਥੇ ਸੀਗਾ, ਸਿਟੀਜ਼ਨਸ ਦੀ ਪ੍ਰਾਈਵੇਸੀ ਦਾ। ਸੁਪਰੀਮ ਕੋਰਟ ਦੇ ਕੰਸਟੀਟਿਊਸ਼ਨਲ ਬੈਂਚ ਨੇ ਫੈਸਲਾ ਦਿੱਤਾ ਕਿ ਪ੍ਰਾਈਵੇਸੀ ਹਰ ਬੰਦੇ ਦਾ ਇੱਕ ਫੰਡਾਮੈਂਟਲ ਰਾਈਟ ਹੈ। ਉਸ ਫੰਡਾਮੈਂਟਲ ਰਾਈਟ ਦੇ ਵਿੱਚ ਕਿਸੇ ਵੀ ਸੂਰਤ ਵਿੱਚ ਕਿਸੇ ਬੰਦੇ ਦੀ ਪ੍ਰਾਈਵੇਸੀ ਦੀ ਉਲੰਘਣਾ ਨਹੀਂ ਹੋ ਸਕਦੀ। ਉਹਦੇ ਨਿੱਜੀ ਕੁਝ ਭੇਦ ਹੁੰਦੇ ਆ, ਪਰ ਉਹਦੇ ਕੱਪੜਿਆਂ ਦੇ ਅੰਦਰ, ਉਹਦੇ ਬਾਥਰੂਮਾਂ 'ਚ ਨਹੀਂ ਝਾਕਿਆ ਜਾ ਸਕਦਾ। ਉਹਦੇ ਤੋਂ ਬਾਅਦ ਆਧਾਰ ਕਾਰਡ ਦਾ ਸਵਾਲ ਆ ਗਿਆ। ਇਹ ਮੁੱਦਾ ਉੱਥੇ ਚਲਾ ਗਿਆ ਕਿ ਜਦੋਂ ਤੁਸੀਂ ਬੈਂਕਾਂ ਨੂੰ ਦਿਓਗੇ ਤਾਂ ਬੈਂਕਾਂ ਪ੍ਰਾਈਵੇਟ ਵੀ ਆ, ਮੋਬਾਈਲ ਕੰਪਨੀਆਂ ਦਿਓਗੇ ਤਾਂ ਪ੍ਰਾਈਵੇਟ ਵੀ ਆ। ਇਹ ਆਧਾਰ ਕਾਰਡ ਦਾ ਡਾਟਾ ਉਹਨਾਂ ਕੋਲ ਚਲਾ ਗਿਆ, ਤੁਹਾਡੇ ਨਾਨਕੇ ਦਾਦਕੇ ਸਾਰਾ ਕੁਝ ਤਾਂ ਉਹ ਲੈ ਗਏ, ਪ੍ਰਾਈਵੇਸੀ ਕਾਹਦੀ ਰਹਿ ਗਈ ਜੀ? ਅਖੀਰ ਸਰਕਾਰ ਨੂੰ, ਸੁਪਰੀਮ ਕੋਰਟ ਨੇ ਆਖਿਆ ਕੁਝ ਗੱਲਾਂ ਦੇ ਉੱਤੇ, ਇੱਥੇ ਆਧਾਰ ਕਾਰਡ ਰਹੇਗਾ, ਕੁਝ 'ਤੇ ਆਖਿਆ ਨਹੀਂ ਰਹੇਗਾ। ਜਿਹੜੀਆਂ 'ਤੇ ਆਖਿਆ ਨਹੀਂ ਰਹੇਗਾ ਉਹਨਾਂ ਦੇ ਵਿੱਚ ਇਹ ਆ ਕਿ ਕੋਈ ਮੋਬਾਈਲ ਫੋਨ ਕੰਪਨੀ, ਕੋਈ ਪ੍ਰਾਈਵੇਟ ਬੈਂਕ, ਕੋਈ ਪ੍ਰਾਈਵੇਟ ਅਦਾਰਾ ਤੁਹਾਡੇ ਤੋਂ ਆਧਾਰ ਕਾਰਡ ਨਹੀਂ ਮੰਗ ਸਕਦਾ। ਜਦੋਂ ਉਹਨਾਂ ਨੇ ਇਹ ਕਹਿਤਾ, ਹੁਣ ਪ੍ਰਾਈਵੇਟ ਕੰਪਨੀਆਂ ਨੇ ਫੈਸਲਾ ਕਰ ਲਿਆ ਕਿ ਅੱਗੇ ਤੋਂ ਆਧਾਰ ਕਾਰਡ ਤੋਂ ਬਗੈਰ ਵੀ ਕਨੈਕਸ਼ਨ ਦਿਆਂਗੇ ਜੀ। ਇਹਦੇ ਨਾਲ ਰੌਲਾ ਪੈ ਗਿਆ ਕਿ ਜਦੋਂ ਆਧਾਰ ਕਾਰਡ ਫਲਾਣੀ ਤਰੀਕ ਤੋਂ 31 ਅਕਤੂਬਰ ਤੋਂ ਬਾਅਦ ਲੈਣੇ ਬੰਦ ਕਰਨੇ ਆ, ਅਤੇ ਜਿਨ੍ਹਾਂ ਨੇ ਆਪਣੀ ਆਈ ਡੀ ਦੇ ਤੌਰ 'ਤੇ ਆਧਾਰ ਕਾਰਡ ਦਿੱਤਾ ਹੋਇਆ, ਹੋਰ ਕੁਝ ਦਿੱਤਾ ਹੀ ਨਹੀਂ, ਉਹਨਾਂ ਦੇ ਮੋਬਾਈਲ ਕਨੈਕਸ਼ਨ 'ਤੇ ਬੰਦ ਹੋ ਜਾਣੇ। ਇਹ ਸਾਰੀ ਗਲਤ ਅਫਵਾਹ, ਔਰ ਕੁਝ ਕੰਪਨੀਆਂ ਦੇ ਬੰਦੇ ਵੀ ਜਾਣ ਬੁੱਝ ਕੇ ਫੈਲਾ ਰਹੇ। ਅਸਲੀਅਤ ਇਹ ਹੈ ਕਿ ਕੰਪਨੀ ਨੇ ਕਨੈਕਸ਼ਨ ਦੇਣ ਲੱਗਿਆਂ ਚੈੱਕ ਕਰਨਾ ਸੀ ਕਿ ਤੁਸੀਂ ਜਿਹੜਾ ਐਡਰੈਸ ਦਿੱਤਾ ਪਰੂਫ ਠੀਕ ਹੈ ਜੀ, ਅਤੇ ਉਦੋਂ ਆਧਾਰ ਕਾਰਡ ਵਰਤ ਲਿਆ। ਅੱਗੇ ਤੋਂ ਆਧਾਰ ਕਾਰਡ ਲੈਣਾ ਬੰਦ ਕਰਨਾ। ਜਿਹੜਾ ਆਧਾਰ ਕਾਰਡ ਦਾ ਪਿਛਲਾ ਡਾਟਾ ਕੰਪਨੀ ਨੂੰ ਮਿਲਿਆ ਉਹ ਵੀ ਉੱਥੋਂ ਡਿਲੀਟ ਕਰ ਦੇਣਗੇ ਜੀ, ਪਰ ਇਹ ਤਾਂ ਕੰਪਨੀ ਕੋਲ ਸਰਟੀਫਿਕੇਟ ਹੈਗਾ ਨਾ ਕਿ ਫਲਾਨੀ ਤਰੀਕ ਨੂੰ ਅਸੀਂ ਇਹਦੀ ਵੈਰੀਫਾਈ ਕਰ ਚੁੱਕੇ ਹਾਂ, ਐਡਰੈਸ ਠੀਕ ਹੈ। ਬਿਲਕੁਲ ਸਹੀ। ਅਤੇ ਜੇ ਕੰਪਨੀ ਅੱਗੇ ਇੱਕ ਵਾਰੀ ਵੈਰੀਫਾਈ ਕਰ ਚੁੱਕੀ ਹੈ ਤਾਂ ਵੈਰੀਫਿਕੇਸ਼ਨ ਵਾਸਤੇ ਦੂਸਰਾ ਆਈ ਡੀ ਪਰੂਫ ਨਹੀਂ ਤੁਹਾਡੇ ਤੋਂ ਮੰਗ ਸਕਦੀ। ਅੱਗੇ ਤੋਂ ਜਿਹਨਾਂ ਨਵੇਂ ਕਨੈਕਸ਼ਨ ਲੈਣੇ ਆ ਉਹਨਾਂ ਨੂੰ ਕੋਈ ਆਲਟਰਨੇਟਿਵ ਆਈ ਡੀ ਦੇਣੀ ਪਵੇਗੀ। ਆਲਟਰਨੇਟਿਵ ਆਈ ਡੀ ਤੁਹਾਡਾ ਡਰਾਈਵਿੰਗ ਲਾਇਸੈਂਸ ਹੋ ਸਕਦਾ, ਤੁਹਾਡਾ ਵੋਟਰ ਆਈ ਕਾਰਡ ਹੋ ਸਕਦਾ, ਤੁਹਾਡਾ ਪਾਸਪੋਰਟ ਹੋ ਸਕਦਾ, ਤੁਹਾਡਾ ਸਰਕਾਰ ਵੱਲੋਂ ਦਿੱਤਾ ਕੋਈ ਵੀ ਹੋਰ ਡਾਕੂਮੈਂਟ ਹੋ ਸਕਦਾ ਜਿਹਦੀ ਵੈਰੀਫਿਕੇਸ਼ਨ ਉਹ ਕੰਪਨੀਆਂ ਉੱਥੋਂ ਕਰ ਸਕਣ, ਇੱਥੋਂ ਤੱਕ ਕਿ ਬੈਂਕ ਦੀ ਪਾਸਬੁੱਕ ਜਿਹੜੀ ਹੈ ਉਹ ਵੀ ਹੋ ਸਕਦੀ ਹੈ। ਇਹਨਾਂ ਕੰਪਨੀਆਂ ਦੇ ਸਾਈਟ 'ਤੇ ਜਾ ਕੇ ਵੇਖੋ, KYC ਨੋ ਯੂਅਰ ਕਸਟਮਰ, ਉਹਦੇ ਵਿੱਚ ਲਿਖਿਆ ਕਿ ਆਈ ਡੀ 'ਚ ਕਿਹੜੀਆਂ ਕਿਹੜੀਆਂ ਚੀਜ਼ਾਂ ਆਉਣਗੀਆਂ,
और ये चीज़ां NRIs के उत्ते बिल्कुल अप्लाई नहीं होंदियां। ये सारा झूठ बोलिया जा रहा, झूठा प्रापेगंडा, ये तो सचेत रहने की लोड़ है। बिल्कुल सही। सो घबराने की लोड़ नहीं है जी, एवं तुसी दिल ना छड्डियो। वेला एक ब्रेक का, ब्रेक तो बाद आप अगली गलबात करांगे। तुसी देखते रहना प्राइम एशिया टीवी। ब्रेक तो बाद एक बार फिर तुहाडा सारां दा स्वागत है जी प्रोग्राम प्राइम डिस्कशन दे विच। ਪੁਨਸੋ ਅਗਲਾ ਸਵਾਲ ਮੈਂ ਪੁੱਛਣਾ ਚਾਹੁੰਦਾ, ਤੁਰਕੀ ਦੇ ਵਿੱਚ ਇੱਕ ਸਾਊਦੀ ਅਰਬ ਦਾ ਕਹਿੰਦੇ ਪੱਤਰਕਾਰ ਸੀ, ਜਮਾਲ ਖਸ਼ੋਗੀ ਕਰਕੇ ਉਹਦਾ ਨਾਂ ਸੀਗਾ। ਉਹਦੀ ਹੱਤਿਆ ਹੋਈ ਅਤੇ ਉਹਦੀ ਹੱਤਿਆ ਤੋਂ ਬਾਅਦ ਫਿਰ ਰੌਲਾ ਰੱਪਾ ਪੂਰੀ ਦੁਨੀਆ 'ਚ ਪੈ ਗਿਆ, ਪਰ ਜਿਹਨਾਂ ਲੋਕਾਂ ਨੇ ਕਹਿੰਦੇ ਉਹਦਾ ਮਰਡਰ ਕੀਤਾ ਸੀਗਾ, ਉਹ ਅਜੇ ਤੱਕ ਪਤਾ ਨਹੀਂ ਲੱਗਦਾ ਵੀ ਕੌਣ ਨੇ। ਚੱਕਰ ਕੀ ਸੀ, ਉਹ ਪੱਤਰਕਾਰ ਦੀ ਕਹਾਣੀ ਕੀ ਸੀ ਜੀ? ਗੁਰਪ੍ਰੀਤ ਜੀ, ਜਿਹੜਾ ਜਮਾਲ ਖਸ਼ੋਗੀ ਸੀ, ਸੀ ਆਖਣਾ ਪੈ ਰਿਹਾ ਕਿਉਂਕਿ ਹੁਣ ਲਗਭਗ ਸਾਫ਼ ਹੈ ਕਿ ਉਹ ਮਰ ਚੁੱਕਾ ਜੀ। ਉੱਦਾਂ ਸਾਊਦੀ ਅਰਬ ਵਾਲੇ ਕਹਿੰਦੇ ਕਿ ਸਾਨੂੰ ਪਤਾ ਨਹੀਂ ਮਰ ਗਿਆ ਕਿ ਜਿਉਂਦਾ, ਸਾਨੂੰ ਪਤਾ ਨਹੀਂ। ਉਹ ਸਾਊਦੀ ਅਰਬ ਦਾ ਸਿਟੀਜ਼ਨ ਸੀ, ਅਮੈਰੀਕਾ 'ਚ ਰਹਿੰਦਾ ਸੀ ਜੀ, ਨਿਊਯਾਰਕ ਟਾਈਮਸ ਵਾਸਤੇ ਕੰਮ ਕਰਦਾ ਸੀ, ਪਰ ਆਪਣੇ ਦੇਸ਼ ਦੀ ਸਰਕਾਰ, ਖਾਸ ਤੌਰ 'ਤੇ ਆਪਣੇ ਦੇਸ਼ ਦੇ ਕਰਾਊਨ ਪ੍ਰਿੰਸ ਦੇ ਖਿਲਾਫ ਉਹ ਲਗਾਤਾਰ ਲਿਖਦਾ ਸੀ ਜੀ। ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਕਿੰਨਾ ਗੰਦ ਪਾਉਂਦੇ ਨੇ, ਕਿੱਥੇ ਕਿੱਥੇ ਜਾ ਕੇ ਕੀ ਕੁਝ ਕਰਦੇ ਨੇ, ਇਹ ਬਹੁਤੇ ਲੋਕਾਂ ਨੂੰ ਨਹੀਂ ਪਤਾ ਜੀ। ਮੈਂ ਜਦੋਂ UN ਦੇ ਹਿਊਮਨ ਰਾਈਟਸ ਕਮਿਸ਼ਨ 'ਚ ਗਿਆ ਜੀ, ਮੈਂ ਸਵਿਟਜ਼ਰਲੈਂਡ 'ਚ ਜਿਹੜੇ ਹੋਟਲ 'ਚ ਠਹਿਰਿਆ ਸੀ ਜੀ, ਉਸੇ ਹੋਟਲ 'ਚ ਉਹ ਹੋਟਲ ਦਾ ਸਟਾਫ ਤੋਬਾ ਤੋਬਾ ਕਰਦਾ ਸੀ ਕਿੰਨਾ ਗੰਦ ਪਾਉਂਦੇ, ਅਤੇ ਅਸੀਂ ਇਹਨਾਂ ਨੂੰ ਕਹਿ ਕੁਝ ਨਹੀਂ ਸਕਦੇ। ਅੱਛਾ ਜੀ। ਹੁਣ ਇਹ ਜਿਹੜੇ ਇਹਨਾਂ ਦੇ ਸ਼ਾਹੀ ਪਰਿਵਾਰ ਬੜੇ, ਆਪੋ ਵਿੱਚ ਵੀ ਲੜਾਈਆਂ ਨੇ। ਜਦੋਂ ਇਹਨੇ ਜਿਹੜਾ ਹੈਗਾ ਕਿੰਗ ਬਿਮਾਰ ਹੋ ਗਿਆ, ਅਤੇ ਉਹਨੇ ਆਪਣੇ ਪੁੱਤਰ ਨੂੰ, ਹੁਣ ਵਾਲੇ ਕਰਾਊਨ ਪ੍ਰਿੰਸ ਨੂੰ ਸਾਰਾ ਕੁਝ ਸੌਂਪ ਦਿੱਤਾ ਜੀ, ਇਹਨੇ ਆਉਂਦਿਆਂ ਸਾਰੇ 50-52 ਸ਼ਾਹੀ ਪਰਿਵਾਰਾਂ ਦੇ ਲੋਕ ਫੜ ਕੇ ਜੇਲ੍ਹ ਸੁੱਟਦੇ ਸੀ। ਅੱਛਾ। ਅਤੇ ਜੇਲ੍ਹ ਦੂਜੀ ਜੇਲ੍ਹ ਨਹੀਂ, ਇੱਕ 5-star ਹੋਟਲ ਨੂੰ ਜੇਲ੍ਹ ਬਣਾ ਦਿੱਤਾ ਸੀ, ਉੱਥੇ ਤਾੜਤੇ। ਕਿਸੇ 'ਤੇ ਟੈਕਸ ਚੋਰੀ ਦਾ, ਕਿਸੇ 'ਤੇ ਸਮਗਲਿੰਗ ਦਾ ਕੇਸ ਬਣਾ ਦਿੱਤਾ। 2 ਮਹੀਨਿਆਂ ਬਾਅਦ ਸਮਝੌਤਾ ਹੋ ਗਿਆ, ਉਹਨਾਂ ਸਾਰਿਆਂ ਤੋਂ ਮੋਟੀਆਂ ਰਕਮਾਂ ਲਈਆਂ ਸ਼ਾਹੀ ਪਰਿਵਾਰ ਵਾਸਤੇ, ਫਿਰ ਛੱਡ ਦਿੱਤੇ ਜੀ। ਉਸਾਮਾ ਬਿਨ ਲਾਦਿਨ ਜਿਹੜਾ ਸੀ, ਮਾਰ ਦਿੱਤਾ ਸੀ ਅੱਤਵਾਦੀ ਜੀ, ਉਹਦੇ ਪਿਓ ਦੇ 54 ਬੱਚੇ ਸਨ, ਅਤੇ ਉਸ ਲੜੀ ਦੇ ਵਿੱਚੋਂ ਉਸਾਮਾ ਤੋਂ 10ਵੇਂ 12ਵੇਂ ਥਾਂ ਇੱਕ ਉਹਦਾ ਭਰਾ ਸੀ, ਉਹ ਵੀ ਫੜ ਲਿਆ ਸੀ। ਖੈਰ ਇਹ ਸਾਰੀਆਂ ਗੱਲਾਂ ਪੁਰਾਣੀਆਂ ਨੇ। ਸਾਊਦੀ ਅਰਬ ਦੀ ਸਰਕਾਰ ਅੱਤਵਾਦ ਨੂੰ ਵੀ ਪ੍ਰਮੋਟ ਕਰਦੀ, ਅਤੇ ਅਮਰੀਕਾ ਦਾ ਸਭ ਤੋਂ ਚਹੇਤਾ ਦੇਸ਼ ਵੀ ਇਹ ਹੋ। ਹੁਣ ਇਹ ਪੱਤਰਕਾਰ ਜਮਾਲ ਖਸ਼ੋਗੀ, ਇਹਨੇ ਵਿਆਹ ਕਰਾਉਣਾ ਸੀ ਜੀ, ਕਰਾਉਣਾ ਸੀ ਤੁਰਕੀ 'ਚ। ਉੱਥੇ ਗਿਆ, ਵਿਆਹ ਦੇ ਸੰਬੰਧ 'ਚ ਡਾਕੂਮੈਂਟਸ ਕੋਲ ਸਰਟੀਫਾਈ ਕਰਾਉਣੇ ਸੀ, ਸਾਊਦੀ ਅਰਬ ਦੇ ਕੌਂਸਲੇਟ ਵਿੱਚ ਚਲਾ ਗਿਆ। ਉਹਨਾਂ ਬਾਹਰ ਵਿੰਡੋ ਤੋਂ ਕਹਿਤਾ ਜੀ ਤੁਸੀਂ ਅੰਦਰ ਆ ਜਾਓ, ਕਰ ਦਿਓ, ਅੰਦਰ ਚਲਾ ਗਿਆ, ਫਿਰ ਵਾਪਸ ਨਹੀਂ ਆਇਆ। ਅੱਛਾ। ਹੁਣ ਖਬਰਾਂ ਆ ਰਹੀਆਂ ਨੇ, ਕੋਈ ਕਹਿੰਦਾ ਜੀ ਕੁੱਟਿਆ ਮਾਰਿਆ ਅਤੇ ਕੁੱਟਦਿਆਂ ਮਰ ਗਿਆ, ਕੋਈ ਕਹਿੰਦੇ ਜਾਣ ਬੁੱਝ ਕੇ ਮਾਰਤਾ, ਕੋਈ ਕਹਿੰਦੇ ਟੁਕੜੇ ਟੁਕੜੇ ਕੀਤੇ, ਕੋਈ ਕਹਿੰਦਾ ਹੱਥ ਫੜਤੇ। ਜਿਹੜੀ ਸਭ ਤੋਂ ਜ਼ਿਆਦਾ ਡੇਂਜਰਸ ਖਬਰ ਆ ਉਹ ਇਹ ਕਿ ਕਹਿੰਦੇ ਆ ਕਿ ਉਸੇ ਸ਼ਾਮ ਨੂੰ ਉਚੇਚੇ ਤੌਰ 'ਤੇ ਕਰਾਊਨ ਪ੍ਰਿੰਸ ਆਪਣੇ ਪਰਸਨਲ ਸਿਕਿਉਰਿਟੀ ਦੇ ਬੰਦਿਆਂ ਨਾਲ ਉੱਥੇ ਗਿਆ ਚੁੱਪ ਚਪੀਤੇ, ਅਤੇ ਜੋ ਕੁਝ ਹੋਇਆ ਉਹਦੀ ਹਾਜ਼ਰੀ 'ਚ ਹੋਇਆ। ਹੋਇਆ ਕਿ ਨਹੀਂ ਹੋਇਆ ਪਤਾ ਨਹੀਂ, ਪਰ ਚਰਚੇ ਬਹੁਤ ਨੇ ਜੀ। ਜਿਹੜੇ ਉਹਦੇ ਸਪੈਸ਼ਲ ਸਿਕਿਉਰਿਟੀ ਵਾਲੇ ਆ, ਉਹ CCTV ਕੈਮਰੇ 'ਚ ਜਾਂਦੇ ਅਤੇ ਆਉਂਦੇ ਦਿਸਦੇ ਆ ਜੀ, ਅੱਗੋਂ ਪਿੱਛੋਂ ਕਦੇ ਉੱਥੇ ਗਏ ਨਹੀਂ, ਉੱਦਣ ਕਿਉਂ ਗਏ? ਡੋਨਲਡ ਟਰੰਪ ਨੇ ਪਹਿਲਾਂ ਤਾਂ ਦਬਕਾ ਬਹੁਤ ਮਾਰਿਆ ਕਿ ਜੇ ਉਹਦੇ 'ਚ ਸਾਊਦੀ ਅਰਬ ਦਾ ਹੱਥ ਨਿਕਲਿਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ। ਬਾਅਦ ਵਿੱਚ ਕਹਿਣਾ ਸ਼ੁਰੂ ਕਰਤਾ ਕਿ ਸਾਨੂੰ ਸਾਊਦੀ ਅਰਬ ਨੇ, ਸਰਕਾਰ ਨੇ ਕਹਿ ਦਿੱਤਾ ਕਿ ਅਸੀਂ ਪੂਰੀ ਜਾਂਚ ਕਰਾਵਾਂਗੇ ਅਤੇ ਤੁਹਾਡੀ ਤਸੱਲੀ ਕਰਾਵਾਂਗੇ, ਇਸ ਕਰਕੇ ਮੇਰੀ ਤਸੱਲੀ ਹੈ। ਇਹਦਾ ਮਤਲਬ ਦਬਕਾ ਮਾਰ ਕੇ ਕੁਛ ਨਾ ਕੁਛ ਗੱਲਬਾਤ ਕਰ ਲਈ, ਕੁਝ ਤੈਅ ਹੋ ਗਿਆ ਕਿ ਤੂੰ ਬੱਚੂ ਬਣ ਕੇ ਚੱਲ। ਅਤੇ ਉਹਨੇ ਆਖਿਆ ਜੀ ਮੈਂ ਹੈ ਹੀ ਤੁਹਾਡਾ ਬੱਚਾ, ਤੁਹਾਡੇ ਬਗੈਰ ਮੈਂ ਬਚ ਨਹੀਂ ਸਕਦਾ, ਕਿਉਂਕਿ ਦੇਸ਼ ਵਿੱਚ ਹੈ ਤਾਂ ਸਾਰੇ ਮੁਸਲਮਾਨ ਹੀ ਨੇ ਜੀ, ਪਰ ਮੁਸਲਮਾਨ ਭਾਈਚਾਰਾ ਦੂਸਰਾ ਅਵੱਧ ਹੈ, ਅਤੇ ਇਹ ਜਿਹੜਾ ਕਿੰਗ ਅਤੇ ਉਹਦਾ ਕਰਾਊਨ ਪ੍ਰਿੰਸ ਹੈ, ਇਹ ਛੋਟੇ ਭਾਈਚਾਰੇ 'ਚੋਂ ਆ, ਜੇ ਅਮਰੀਕਾ ਮਦਦ ਨਾ ਕਰੇ ਤਾਂ ਬਹੁ ਗਿਣਤੀ ਭਾਈਚਾਰੇ ਵਾਲੇ ਇਹਨਾਂ ਨੂੰ ਰਾਤ ਨੂੰ ਰਗੜ ਦੇਣਗੇ। ਉਹਦਾ ਕਰਕੇ ਇਹਨਾਂ ਨੂੰ ਅਮਰੀਕਾ ਦੀ ਲੋੜ ਹੈ, ਅਮਰੀਕਾ ਨੂੰ ਪੈਟਰੋ ਡਾਲਰਾਂ ਦੀ ਲੋੜ ਹੈ। ਉਹਦੇ ਅੰਦਰੇ ਅੰਦਰ ਕੋਈ ਸਮਝੌਤਾ ਹੁੰਦਾ ਪਿਆ ਜਾਪਦਾ। ਉਹਨਾਂ ਦਾ ਵਿਦੇਸ਼ ਮੰਤਰੀ 2 ਵਾਰੀ ਗੇੜਾ ਮਰ ਗਿਆ, 1 ਵਾਰੀ ਸਿੱਧਾ ਗੇੜਾ ਮਰ ਗਿਆ, 1 ਵਾਰੀ ਕਹਿੰਦੇ ਲੁਕਵੇਂ ਤੌਰ 'ਤੇ ਆ ਗਿਆ। ਇਹ ਜੋ ਕੁਝ ਵੀ ਹੋਇਆ ਹੋਵੇ, ਮੈਨੂੰ ਇਹ ਲੱਗਦਾ ਕਿ ਹੁਣ ਜਮਾਲ ਖਸ਼ੋਗੀ ਤਾਂ ਆਉਣਾ ਨਹੀਂ ਜੀ। ਪ੍ਰੋਟੈਸਟ ਦੇ ਤੌਰ 'ਤੇ ਉੱਥੇ ਜਿਹੜਾ ਇਨਵੈਸਟਮੈਂਟ ਸਮਿਟ ਹੋਣਾ ਸੀ, ਉਹ 'ਚ ਫਰਾਂਸ ਦੇ ਮੰਤਰੀ ਨੇ ਵੀ ਕਹਿ ਦਿੱਤਾ ਨਹੀਂ ਜਾਣਾ, ਹਾਲੈਂਡ ਵਾਲੇ ਨੇ ਵੀ, ਬ੍ਰਿਟੇਨ ਵਾਲੇ ਨੇ ਵੀ, ਇੰਟਰਨੈਸ਼ਨਲ ਮੋਨੀਟਰੀ ਫੰਡ ਦੀ ਜਿਹੜੀ ਹੈੱਡ ਆ, ਚੇਅਰਪਰਸਨ ਉਹ ਬੀਬੀ ਨੇ ਵੀ ਕਹਿ ਦਿੱਤਾ ਅਸੀਂ ਨਹੀਂ ਜਾਣਾ, ਕਈ ਦੇਸ਼ ਹੋਰ ਨਹੀਂ ਜਾ ਰਹੇ।
ਪ੍ਰੋਟੈਸਟ ਇੰਨਾ ਜ਼ਿਆਦਾ ਕਿ ਉਹ ਸ਼ਾਇਦ ਸਮਿਟ ਇਹਨਾਂ ਨੂੰ ਕੈਂਸਲ ਕਰਨਾ ਪੈ ਜਾਵੇ ਮੀਟਿੰਗ ਜਿਹੜੀ ਹੈ ਜੀ। ਪਰ ਇਹਦੇ ਤੋਂ ਬਾਅਦ ਕਿ ਬਾਕੀ ਕਤਲ ਰੁਕ ਜਾਣਗੇ ਇਹਨਾਂ ਸਾਊਦੀ ਅਰਬ ਨਾਲ ਦੇ ਖਾੜੀ ਦੇਸ਼ਾਂ ਦੇ ਜਿਹੜੇ ਬਾਦਸ਼ਾਹ ਅਤੇ ਕਰਾਊਨ ਪ੍ਰਿੰਸ ਨੇ ਇਹਨਾਂ ਨੇ ਤਾਂ ਬੰਦੇ ਨੂੰ ਗਾਜਰ ਮੋਲੀ ਸਮਝਿਆ। ਉਹੋ ਜਿਹਾ ਮਾਲ ਖੁਸ਼ ਹੋ ਗਈ ਜੇ ਕਿਤੇ ਆਪਣੇ ਦੇਸ਼ 'ਚ ਆਇਆ ਮਾਰ ਦਿੱਤਾ ਹੁੰਦਾ ਜੀ ਅਤੇ ਉਹਦੇ ਉੱਤੇ ਨਾਲ ਚਾਰ ਦੋਸ਼ ਲਾ ਦਿੰਦੇ ਆਹ ਕੀਤਾ ਉਹ ਕੀਤਾ ਅਤੇ ਸਰੇਆਮ ਚੌਕ 'ਚ ਜਾ ਕੇ ਉਹਦਾ ਸਿਰ ਲਾ ਦਿੰਦੇ ਕਿਸੇ ਪੁੱਛਣਾ ਸੀ। ਹੁਣ ਮਾਮਲਾ ਤੁਰਕੀ ਦਾ ਅਤੇ ਤੁਰਕੀ ਦੀ ਸਰਕਾਰ ਵੀ ਫਸੀ ਆ ਕਿਉਂਕਿ ਉਹ ਅੱਜ ਕੱਲ੍ਹ ਰਹਿੰਦਾ ਸੀ ਉਹਦੇ ਕੋਲ ਪਰਮਾਨੈਂਟ ਸਟੇ ਸੀਗਾ ਅਮਰੀਕਾ ਦਾ ਸਿਟੀਜ਼ਨਸ਼ਿਪ ਇੱਥੋਂ ਦੀ ਸੀ ਅਤੇ ਉੱਥੋਂ ਦੇ ਅਖਬਾਰ ਲਈ ਕੰਮ ਕਰਦਾ ਸੀ ਉੱਥੋਂ ਦਾ ਮੀਡੀਆ ਵੀ ਪਿਆ। ਇਹਦਾ ਕਰਕੇ ਸਾਊਦੀ ਅਰਬ ਦੀ ਸਰਕਾਰ ਦਬਾਅ ਹੇਠ ਹੈ ਪਰ ਮੈਨੂੰ ਇਹ ਨਹੀਂ ਲੱਗਦਾ ਕਿ ਇੰਨਾ ਦਬਾਅ ਪੈ ਜਾਏਗਾ ਕਿ ਡੋਨਲਡ ਟਰੰਪ ਉਹਨਾਂ ਤੋਂ ਦਬਾਅ ਪਾ ਕੇ ਕੁਝ ਕਰਵਾ ਸਕੇ। ਇਹਨਾਂ ਦਾ ਦਬਾਅ ਇੱਕ ਹੱਦ ਤੱਕ ਹੈ ਕਿਉਂਕਿ ਨਾ ਇਹ ਸਾਊਦੀ ਅਰਬ ਨੂੰ ਛੱਡ ਸਕਦੇ ਆ ਅਤੇ ਨਾ ਖੁੱਲ੍ਹਾ ਛੱਡ ਸਕਦੇ। ਬਿਲਕੁਲ ਦੋਵੇਂ ਗੱਲਾਂ ਨੇ, ਖੁੱਲ੍ਹਾ ਵੀ ਨਹੀਂ ਛੱਡ ਸਕਦੇ ਅਤੇ ਬਿਲਕੁਲ ਵੀ ਉਹਨੂੰ ਨਹੀਂ ਛੱਡ ਸਕਦੇ। ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਜਿਹੜੀ ਅਮਰੀਕਾ ਦੀ ਸਰਕਾਰ ਹੈ ਰਾਸ਼ਟਰਪਤੀ ਹੈ ਉਹਦੇ ਵਾਸਤੇ ਵੀ ਕਾਫੀ ਜ਼ਿਆਦੀਆਂ ਮੁਸ਼ਕਿਲਾਂ ਨੇ, ਉਲਝਣਾਂ ਨੇ, ਮਸਲਾ ਐਡਾ ਸਿੱਧਾ ਨਹੀਂ ਗਿਆ। ਯਾਨੀ ਕਿ ਵੱਡੇ ਸੌਦਿਆਂ ਦੇ ਵਿੱਚ ਹੋ ਸਕਦਾ ਵੀ ਇਹ ਕਤਲ ਜਾਂ ਜੋ ਵੀ ਹੋਇਆ ਉਹ ਲੁਕ ਜਾਵੇ, ਉਹ ਲੁਕ ਜਾਵੇ ਜਾਂ ਜਿੱਦਾਂ ਇਹਨਾਂ ਦੇਸ਼ਾਂ ਦੇ ਵਿੱਚ ਚੱਲਦੀ ਹੈ ਬਲੱਡ ਮਨੀ, ਉਹਦੇ ਪਰਿਵਾਰ ਨੂੰ ਕਹਿਣ ਕਿ ਬਾਕੀ ਲੋਕਾਂ ਨੂੰ 10 ਕਰੋੜ ਰੁਪਈਆ ਬਲੱਡ ਮਨੀ ਹੁੰਦੀ ਹੈ, ਤੈਨੂੰ 10 ਕਰੋੜ ਦਿਨਾਰ ਦੇ ਦਿੰਦੇ ਹਾਂ, ਹੋ ਸਕਦਾ 1 ਲੱਖ ਦਿਨਾਰ ਵੀ ਦੇ ਦੇਣ ਜੀ। ਪੈਸਾ ਤੇਰੇ ਕੋਲ ਬਥੇਰਾ ਨਾ ਹੋਇਆ ਤਾਂ ਦੂਸਰਿਆਂ ਨੂੰ ਫਿਰ ਫੜ ਕੇ ਉਹਨਾਂ 'ਤੇ ਲੈ ਲੂਗਾ, ਇੱਦਾਂ ਦਾ ਸੌਦਾ ਵੀ ਵੱਧ ਸਕਦਾ। ਕੀ ਹੁੰਦਾ ਕੱਲ੍ਹ ਨੂੰ ਅਜੇ ਕੁਛ ਨਹੀਂ ਪਤਾ। ਪਰ ਰੌਲਾ ਆਪਣੂ ਸਭ ਪਾਵਰ ਦਾ ਹੀ ਹੈ ਅਤੇ ਇੱਕ ਮੈਂ ਹੁਣ ਇੰਡੀਆ ਦੀ ਗੱਲ ਵੀ ਕਰਾਂ, ਹੁਣ ਜਦ ਵਿਧਾਨ ਸਭਾ ਚੋਣ ਦਾ ਐਲਾਨ ਹੋਇਆ ਅਤੇ ਰਾਜਸਥਾਨ ਬੜਾ ਕਰੂਸ਼ੀਅਲ ਸਟੇਟ ਹੈ ਖਾਸ ਕਰਕੇ ਭਾਜਪਾ ਲਈ, ਉੱਥੇ ਵੀ ਹੁਣ ਕਹਿੰਦੇ ਬੜੀ ਭਾਈ ਟੁੱਟ ਜੀ ਹੁੰਦੀ ਪਈ ਹੈ, ਕੋਈ ਕਿਸ ਦੇ ਨਾਲ ਆ, ਕੋਈ ਕਿਸ ਦੇ ਨਾਲ ਆ, ਕੋਈ ਲੁਕਣ ਮਿੱਟੀ ਜੀ ਵੀ ਚੱਲਦੀ ਪਈ ਹੈ, ਕੋਈ ਟੁੱਟਦਾ ਪਿਆ, ਕੋਈ ਆਪਣੇ ਗੰਢ ਧੁੱਪ ਕਰਦਾ ਪਿਆ, ਚੱਲ ਕੀ ਰਿਹਾ, ਕੀ ਜਾਣਦਾ ਤੁਹਾਨੂੰ ਰਾਜਸਥਾਨ ਚੋਣਾਂ ਬਾਰੇ? ਇਹ ਜਿਹੜੀ ਬੀਬੀ ਇਸ ਵੇਲੇ ਉੱਥੇ ਮੁੱਖ ਮੰਤਰੀ ਹੈ ਵਸੁੰਧਰਾ ਰਾਜੇ, ਝਾਲਾਵਾੜ ਸਟੇਟ ਦੀ ਰਾਣੀ ਹੈ ਜੀ। ਪਿੱਛੋਂ ਗਵਾਲੀਅਰ ਦੇ ਰਾਜ ਘਰਾਣੇ 'ਚੋਂ ਸਿੰਧੀਆ ਪਰਿਵਾਰ 'ਚੋਂ ਜਿਹੜਾ ਕਾਂਗਰਸ ਦਾ ਲੀਡਰ ਜੋਤੀਰਾਵ ਦਿੱਤਿਆ ਸਿੰਧੀਆ ਜੀ, ਉਹਦੀ ਭੂਆ ਹੈ। ਇਹਦੀ ਮਾਂ ਰਾਣੀ, ਇਹਦੀ ਮਾਂ ਹੁੰਦੀ ਸੀਗੀ ਬੀਜੇਪੀ ਦੀ ਬਹੁਤ ਵੱਡੀ ਲੀਡਰ ਵਾਜਪਾਈ ਰਹਿੰਦੇ ਵੇਲੇ, ਰਾਜਮਾਤਾ ਵਿਜੇ ਰਾਜੇ ਸਿੰਧੀਆ ਉਹਦੀ ਧੀ ਹੈ। ਇਹਦਾ ਭਰਾ ਰਾਜੀਵ ਗਾਂਧੀ ਦੇ ਵੇਲੇ ਮਾਧੋ ਰਾਓ ਸਿੰਧੀਆ ਮੰਤਰੀ ਹੁੰਦਾ ਸੀ, ਉਹਦੀ ਮਾਂ ਅਤੇ ਭੈਣ ਦੋਵਾਂ ਨਾਲ ਨਹੀਂ ਸੀ ਬਣਦੀ, ਆਪਸ ਵਿੱਚ ਮਿਲ ਜੁਲ ਕੋਈ ਨਹੀਂ ਸੀ। ਮੈਂ ਤਾਂ ਜ਼ਰੂਰ ਰੋਕੂੰਗਾ, ਆਹੀ ਗੱਲ ਆ ਜਿਹੜੀ ਹੋਰ ਕਿਤੋਂ ਲੱਭਦੀ ਨਹੀਂ, ਤੁਸੀਂ ਸਾਰੇ ਦਾ ਸਾਰਾ ਖਾਨਦਾਨ ਹੀ ਕਰਵਾ ਦਿੰਦੇ ਹੋ। ਮਾਧੋ ਰਾਓ ਸਿੰਧੀਆ ਦੀ ਬੇਟੀ ਦਾ ਵਿਆਹ ਹੋਇਆ ਸੀ ਜੋਤੀਰਾਓ ਦੇ ਉੱਤੇ ਸਿੰਧੀਆ ਦੀ ਭੈਣ ਦਾ, ਅਤੇ ਦਾਦੀ ਮਹਾਰਾਣੀ ਵਿਜੇ ਰਾਜੇ ਸਿੰਧੀਆ ਸੱਦਾ ਪੱਤਰ 'ਤੇ ਗਈ, ਕਾਰ 'ਚ ਉਤਰੀ, ਅੰਦਰ ਜਾ ਕੇ ਪੋਤੀ ਦੇ ਝੋਲੀ 'ਚ ਸਗਨ ਪਾਇਆ, ਸਿਰ 'ਤੇ ਪਿਆਰ ਦਿੱਤਾ, ਮੱਥਾ ਚੁੰਮਿਆ, ਪਾਣੀ ਦੀ ਘੁੱਟ ਵੀ ਪੀਤੇ ਬਗੈਰ ਬਾਹਰ ਜਾ ਕੇ ਕਾਰ 'ਤੇ ਬਹਿ ਗਈ ਅਤੇ ਬੀਜੇਪੀ ਦਫ਼ਤਰ ਚਲੀ ਗਈ। ਇੱਦਾਂ ਦਾ ਰਾਜ ਪਰਿਵਾਰ ਹੈ। ਅੱਛਾ ਜੀ, ਚਲੋ ਇਹਨਾਂ ਗੱਲ ਛੱਡੋ, ਉੱਦਾਂ ਇਸ ਬੀਬੀ ਦੇ ਰਾਜ ਪਰਿਵਾਰ ਦੀਆਂ ਜੜ੍ਹਾਂ ਸਾਡੇ ਪੰਜਾਬ 'ਚ ਵੀ ਹੈ। ਅੱਛਾ, ਨਾਭੇ ਦਾ ਰਾਜਾ ਹੁੰਦਾ ਸੀ, ਉਹ ਵਿਆਹਿਆ ਸੀ ਝਾਲਾਵਾੜ ਸਟੇਟ 'ਚ, ਉਹਨਾਂ ਦੀ ਕੁੜੀ ਕੁੜੀ ਸੀ, ਮੁੰਡਾ ਕੋਈ ਨਹੀਂ ਸੀ। ਉਹਨਾਂ ਨੇ ਨਾਭੇ ਵਾਲੇ ਰਾਜੇ ਦਾ ਮੁੰਡਾ ਜਿਹੜਾ ਦੋਹਤਾ ਸੀ ਉਹਨੂੰ ਮੁਤਬੰਨਾ ਪੁੱਤ ਬਣਾ ਲਿਆ, ਯਾਨੀ ਉਹ ਮੁੰਡਾ ਸਾਡਾ ਪੰਜਾਬੀ ਮੁੰਡਾ, ਸਿੱਖ ਮੁੰਡਾ, ਉੱਥੇ ਨਾਨੇ ਨੇ ਮੁਤਬੰਨਾ ਬਣਾ ਲਿਆ, ਇਸ ਕਰਕੇ ਹਿੰਦੂ ਹੋ ਗਿਆ ਜੀ। ਉਹ ਮੁੰਡਾ ਜਿਹੜਾ ਸਾਡਾ ਨਾਭੇ ਵਾਲਾ, ਇਹ ਵਸੁੰਧਰਾ ਉਹਦੇ ਨਾਲ ਵਿਆਹੀ ਸੀ, ਸਾਡੇ ਪੰਜਾਬ ਦੇ ਨਾਭੇ ਦੀ ਨੂੰਹ ਆ ਜੇ ਸੱਚੀ ਗੱਲ ਕਰੀ ਤਾਂ। ਜੇ ਮਤਲਬ ਹੋਰ ਪਿੱਛੇ ਜਾਈਏ ਉੱਥੇ ਤਾਂ ਉਹ ਪੇਕੇ ਨਾਲ ਸਹੁਰੇ ਡੁੱਬ ਮਰੀਨੇ ਨਿਵਾਰੇ ਵਾਲੇ ਮੁਹਾਵਰਾ, ਉੱਥੇ ਤਾਂ ਚਾਂਦ ਗਏ। ਅੱਛਾ, ਐਰੋਗੈਂਟ ਨਹੀਂ ਆ ਕਿ ਪਾਰਟੀ 'ਚ ਕਿਸੇ ਦੀ ਪਰਵਾਹ ਨਹੀਂ ਕਰਦੀ। 3 ਵਾਰੀਆਂ ਦਾ ਮੁੱਖ ਮੰਤਰੀ ਸੀ ਭੈਰਵ ਸਿੰਘ ਸ਼ੇਖਾਵਤ ਨੇ ਰੋਲ ਕੇ ਰੱਖਤਾ, 2 ਵਾਰੀਆਂ ਦਾ ਵਿਦੇਸ਼ ਮੰਤਰੀ ਅਤੇ ਖਜ਼ਾਨਾ ਮੰਤਰੀ ਸੀ ਜਸਵਾਸੋਂ, ਉਹਨੇ ਰੋਲਤਾ, ਇਹਨੇ ਪਾਰਲੀਮੈਂਟ ਦੀ ਟਿਕਟ ਤੱਕ ਨਹੀਂ ਲੈਣ ਦਿੱਤੀ ਜੀ। ਉਹਦਾ ਮੁੰਡਾ ਇੱਕ ਵਾਰੀ ਪਾਰਲੀਮੈਂਟ ਬਣਿਆ ਸੀ, ਇੱਕ ਵਾਰੀ MLA, ਇਹਨੇ ਰੋਲਤਾ। ਹੁਣ ਉਹ ਮੁੰਡਾ ਆ 2 ਦਿਨ ਪਹਿਲਾਂ ਕਾਂਗਰਸ ਵਿੱਚ ਸ਼ਾਮਿਲ ਹੋ ਗਿਆ। ਆਪਣੇ ਰਾਜ ਦੇ ਵਿੱਚ ਪਾਰਟੀ ਦੇ ਅੰਦਰ ਇਹਨੇ ਇੰਨੇ ਵਿਰੋਧ ਵਧਾ ਲਿਆ, ਪਾਰਟੀ ਦਾ ਪ੍ਰਧਾਨ ਉੱਥੇ ਗਿਆ ਅਮਿਤ ਸ਼ਾਹ ਰੈਲੀ ਕਰਨ, ਅਤੇ ਉਹਨੇ ਰਿਸੀਵ ਕਰਨੀ ਆਈ ਕਿਉਂਕਿ ਮੈਂ ਉਹ ਤੋਂ ਵੱਡੀ ਸਮਝਦੀ ਆਪਣੇ ਆਪ ਨੂੰ। ਉੱਥੇ ਫਿਰ ਬੜਾ ਰੌਲਾ ਸੀ ਕਿ ਬੀਜੇਪੀ ਨੂੰ ਹਰਾਉਣਗੇ ਲੋਕ, ਰੈਲੀ ਬੀਜੇਪੀ ਦੀ ਅਤੇ ਨਾਅਰੇ ਕੀ ਲੱਗ ਰਿਹਾ, ਮੋਦੀ ਤੁਮਸੇ ਵੈਰ ਨਹੀਂ, ਵਸੁੰਧਰਾ ਤੇਰੀ ਖੈਰ ਨਹੀਂ। ਬੀਜੇਪੀ ਦੀ ਰੈਲੀ 'ਚ ਸਟੇਜ 'ਤੇ ਬੈਠੀ ਹੈ, ਇਹਦੀ ਹਾਜ਼ਰੀ 'ਚ ਨਾਅਰੇ ਲੱਗ ਰਹੇ ਆ, ਮੋਦੀ ਤੁਮਸੇ ਵੈਰ ਨਹੀਂ, ਵਸੁੰਧਰਾ ਤੇਰੀ ਖੈਰ ਨਹੀਂ। ਜਿਹੜੀ ਇਸ ਤਰ੍ਹਾਂ ਦੀ ਬੀਬੀ ਹੈ ਉਹਦੇ ਜਿੱਤਣ ਦੇ ਚਾਂਸਿਸ ਬਹੁਤ ਘੱਟ ਹੈ, ਉਹਦਾ ਦਾਅ ਘਾ ਬਥੇਰੇ ਜਾਣਦੀ ਆ। ਜਿਹੜੀਆਂ ਰਿਪੋਰਟਾਂ ਉੱਥੋਂ ਦੀਆਂ ਉਹ ਤਾਂ ਇਹ ਆ ਕਿ 200 ਦੇ ਵਿੱਚੋਂ 25-30 ਸੀਟਾਂ ਵੀ ਲੈ ਜਾਣ 'ਤੇ ਬਹੁਤ ਹੈ ਜੀ। ਮੈਂ ਸਮਝਦਾ ਕਿ ਐਡੀ ਮਾੜੀ ਪੁਜੀਸ਼ਨ ਨਹੀਂ ਭਾਜਪਾ ਦੀ, ਇਹ ਹੋ ਸਕਦਾ ਕਿ ਜ਼ੋਰ ਲਾ ਕੇ 80-90 ਤੱਕ ਵੀ ਚੱਲ ਜਾਣ ਜੀ। ਕਾਂਗਰਸੀਆਂ ਦੀ ਅੰਦਰੂਨੀ ਲੜਾਈ ਹਰ ਥਾਂ 'ਤੇ ਬਹੁਤ ਹੁੰਦੀ ਹੈ, ਰਾਜਸਥਾਨ 'ਚ ਵੀ ਹੈ ਪਰ ਘੱਟ ਹੈ।
ਸਚਿਨ ਪਾਇਲਟ ਉਹਦਾ ਬਾਪ ਰਜੇਸ਼ ਪਾਇਲਟ ਕਿਸੇ ਵਕਤ ਜਦੋਂ ਪਾਇਲਟ ਹੁੰਦਾ ਸੀ ਅਤੇ ਆਸਾਮ ਦੀ ਪੁਲਿਸ ਦਾ ਹੈਲੀਕਾਪਟਰ ਚਲਾਉਂਦਾ ਹੁੰਦਾ ਸੀ, ਰਾਜੀਵ ਗਾਂਧੀ ਦਾ ਮਿੱਤਰ ਸੀ, ਉਹਨੂੰ ਰਾਜੀਵ ਗਾਂਧੀ ਨੇ ਪੋਲੀਟਿਕਸ ਵਿੱਚ ਲਿਆਂਦਾ, ਦਿੱਲੀ ਰਾਜ ਮੰਤਰੀ ਬਣਾਇਆ ਜੀ। ਫਿਰ ਸੀਤਾਰਾਮ ਕੇਸਰੀ ਜਦੋਂ ਪ੍ਰਧਾਨ ਸੀ ਉੱਥੇ ਲੜਾਈ ਹੋਈ, ਉਹ ਵਾਕਆਊਟ ਕਰ ਗਿਆ। ਉਹਦੇ ਬਾਅਦ ਹਾਦਸੇ 'ਚ, ਸੜਕ ਹਾਦਸੇ 'ਚ ਉਹਦੀ ਮੌਤ ਹੋ ਗਈ ਸੀ। ਇਹਦਾ ਮੁੰਡਾ ਸਚਿਨ ਪਾਇਲਟ ਅਤੇ ਵਿਆਹ ਆ ਫਾਰੂਕ ਅਬਦੁੱਲਾ ਦੀ ਕੁੜੀ ਨਾਲ। ਅੱਛਾ ਜੀ। ਉਹਦੇ ਜਿਹੜਾ ਉਹ ਸਾਬਕਾ ਮੁੱਖ ਮੰਤਰੀ ਮੁੰਡਾ ਉਮਰ ਅਬਦੁੱਲਾ ਉਹਦੀ ਭੈਣ ਨਾਲ ਜੀ। ਮੁੰਡਾ ਬੜਾ ਪੁਸ਼ਿੰਗ ਹੈ, ਸਿਆਣਾ ਅਤੇ ਲੋਕਾਂ 'ਚ ਪਾਪੂਲਰ ਵੀ ਹੈ। ਤਾਜ਼ਾ ਰਿਪੋਰਟਾਂ ਦੱਸਦੀਆਂ ਕਿ ਵਸੁੰਧਰਾ ਰਾਜੇ ਹਾਰੀ ਹੋਈ ਲੜਾਈ ਲੜ ਰਹੀ ਹੈ, ਪਰ ਇਹ ਅੱਜ ਦੀਆਂ ਰਿਪੋਰਟਾਂ ਨੇ। ਵੋਟਾਂ 'ਤੇ ਜਾ ਕੇ ਦਸੰਬਰ 'ਚ ਪੈਣੀਆਂ ਜੀ। ਇੱਥੇ ਕੱਲ੍ਹ ਨਾਮ ਕਾਲ ਦਾ, ਅਜੇ ਅੱਜ ਸਵੇਰ ਤੱਕ ਰਾਵਣ ਦੇ ਬੁੱਤ ਖੜ੍ਹੇ ਸੀ, ਸ਼ਾਮ ਨੂੰ ਸਾੜ ਦਿੱਤੇ ਗਏ। ਇੱਕ ਥਾਂ 'ਤੇ ਸਵੇਰੇ ਬੁੱਤ ਤਿਆਰ ਕਰਦੇ ਪਏ ਸੀ ਕਿ ਦੁਪਹਿਰੇ ਆ ਕੇ ਮੁੱਖ ਮੰਤਰੀ ਨੇ ਅੱਗ ਲਾਉਣੀ ਹੈ ਜੀ ਹਿੰਦੀ ਬੈਲਟ ਦੇ ਵਿੱਚ ਕਿਸੇ ਸਟੇਟ 'ਚ, ਅਤੇ ਜਦੋਂ ਪਰਦੇ ਲਾਉਂਦੇ ਪਏ ਸੀ ਉੱਥੇ ਬਾਂਦਰ ਜਾ ਚੜਿਆ, ਬਾਂਦਰ ਨੂੰ ਟੀਮ ਮਾਰੀ, ਉਹਨੇ ਛਾਲ ਮਾਰੀ, ਪਟਾਕੇ ਚੱਲ ਗਏ, ਮੁੱਖ ਮੰਤਰੀ ਅਜੇ ਕੋਠੀ ਤੋਂ ਨਹੀਂ ਚੱਲਿਆ ਅਤੇ ਰਾਵਣ ਸੜ ਗਿਆ ਸੀ। ਇਹ ਦੇਸ਼ 'ਚ ਪਤਾ ਨਹੀਂ ਕੱਲ੍ਹ ਨੂੰ ਕੀ ਹੋਣਾ ਜੀ, ਪਰ ਅਜੇ ਬੀਜੇਪੀ ਹਾਰਦੀ ਹੈ। ਬਿਲਕੁਲ ਸਾਹਿਬ, ਤੁਸੀਂ ਸਮਾਂ ਕੱਢਿਆ ਅਤੇ ਇਹ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਮੈਂ ਦੱਸ ਦਿਆਂ ਜੀ ਕਿ ਪਿੱਛੇ ਕੁਛ ਇੱਕ ਆਵਾਜ਼ਾਂ ਹਾਰਨਾ ਹੂਰਨਾ ਦੀਆਂ ਜੇ ਆਈਆਂ ਹੋਣ ਤਾਂ ਉਹਦੇ ਲਈ ਅਸੀਂ ਮਾਫ਼ੀ ਵੀ ਚਾਹੁੰਦੇ ਹਾਂ, ਕਿਉਂਕਿ ਇਹ ਸਟੂਡੀਓ ਦੇ ਵਿੱਚ ਨਹੀਂ ਸੀ, ਬਾਹਰ ਰਿਕਾਰਡਿੰਗ ਕਰ ਰਹੇ ਸੀ, ਐਂਡ ਇੰਡੀਆ ਦਾ ਮਾਹੌਲ, ਭਾਰਤ ਦਾ ਮਾਹੌਲ ਤੁਹਾਨੂੰ ਪਤਾ ਹੀ ਹੈ। ਅਤੇ ਫਿਲਹਾਲ ਇਜਾਜ਼ਤ ਦਿਓ, ਗੁਰਪ੍ਰੀਤ ਸੰਧਾ ਵਾਲੀ ਨੂੰ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਯੂਕੇ ਸਮੇਤ ਪੂਰੇ ਯੂਰਪ 'ਚ ਵਸਦੇ ਪੰਜਾਬੀ ਬ੍ਰਿਟ ਏਸ਼ੀਆ ਟੀਵੀ ਦੇ ਨਾਲ ਹੁਣ ਪ੍ਰਾਈਮ ਏਸ਼ੀਆ ਟੀਵੀ ਦੇ ਵਰਲਡ ਫੇਮਸ ਪੰਜਾਬੀ ਸ਼ੋਜ਼ ਵੀ ਦੇਖ ਸਕਦੇ ਨੇ, ਜਿਵੇਂ ਪ੍ਰਾਈਮ ਡਿਸਕਸ਼ਨ, ਖਬਰ ਦੀ ਖਬਰ, ਚੱਜ ਦਾ ਵਿਚਾਰ, ਪ੍ਰਾਈਮ ਫੋਕਸ, ਪ੍ਰਾਈਮ ਵੂਮੈਨ, ਪ੍ਰਾਈਮ ਟਾਈਮ, ਪ੍ਰਾਈਮ ਜ਼ਿੰਦਗੀ, ਪ੍ਰਾਈਮ ਚਰਚਾ, ਪ੍ਰਾਈਮ ਨਿਊਜ਼ ਤੇ ਹੋਰ ਵੀ ਬਹੁਤ ਸਾਰੇ ਸ਼ੋਜ਼। ਸੋ 50 ਦੇ ਕਰੀਬ ਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਟੀਵੀ ਸੈੱਟਸ 'ਤੇ ਸਕਾਈ ਟੀਵੀ ਚੈਨਲ 743, ਵਰਜਨ ਟੀਵੀ ਚੈਨਲ 840, ਪ੍ਰੀਵਿਊ ਚੈਨਲ ਨੰਬਰ 264 'ਤੇ। ਬ੍ਰਿਟ ਏਸ਼ੀਆ ਟੀਵੀ ਹੈ ਜਿੱਥੇ, ਪ੍ਰਾਈਮ ਏਸ਼ੀਆ ਟੀਵੀ ਹੈ ਉੱਥੇ।